ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ। ਕਰਦੇ ਹਾਂ ਅੱਜ ਦਾ ਬਲੌਗ ਸ਼ੁਰੂ। ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ, ਅੱਜ ਆਪਾਂ ਜਾਣਾ ਜੀ ਗੋਪਾਲ ਮੰਜਨ ਦੇ ਮੇਲੇ 'ਤੇ। ਤਿਆਰ ਆਪਾਂ ਹੋ ਗਏ ਹਾਂ ਅਤੇ ਜਾਣਾ ਸੀ ਆਪਾਂ 8 ਵਜੇ, ਗੱਡੀ ਆਉਣੀ ਆ ਪਿੰਡ ਦੇ ਵਿੱਚ। ਅਤੇ ਇੱਧਰ ਟਾਈਮ ਹੋ ਗਿਆ ਜੀ 50 ਮਿੰਟ, 7 ਵੱਜ ਕੇ, ਅਤੇ ਇਹਦੇ ਆਪਣੀ ਮੈਰਿਜ ਦੀ ਫੋਟੋ ਆ ਅਤੇ 7:50 ਹੋ ਗਿਆ ਅਤੇ ਚੱਲਦੇ ਹਾਂ ਹੁਣ। ਅਤੇ ਪਹਿਲਾ ਬਲੌਗ ਆਊਗਾ ਆਪਣਾ ਜੋ ਜਾਣ ਦਾ, ਜਿੱਥੇ ਆਪਾਂ ਜਾਣਾ, ਜਾਣ ਜਾਣ ਦਾ ਬਲੌਗ ਆਊਗਾ ਵੀ ਜਿੱਥੇ ਤੁਸੀਂ ਸਟੇਅ ਕਰਿਆ, ਕਿਵੇਂ ਪਹੁੰਚੇ, ਅਤੇ ਫਿਰ ਮੇਲੇ ਦਾ ਬਲੌਗ, ਅਤੇ ਫਿਰ ਆਰਬਦਰੀ ਦਾ। 3 ਬਲੌਗ ਬਣਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਅਤੇ ਤੁਸੀਂ ਇੰਜੋਏ ਕਰਨਾ। ਇੰਜੋਏ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ। ਹੁਣ ਰੋਟੀ ਆ ਰਹੀ ਹੈ, ਰੋਟੀ ਖਾ ਕੇ ਅਤੇ ਉਸ ਤੋਂ ਬਾਅਦ ਚੱਲਦੇ ਹਾਂ। ਪਿੰਡ ਪਿੰਡ ਆਈਏ ਆਪਣੀ ਜੋ ਵੈਨ ਜੋ ਆਪਾਂ ਕਰੀ ਹੋਈ ਹੈ ਪਿਕਅਪ ਵਗੈਰਾ, 12-13 ਜਣੇ ਅਸੀਂ ਜਾਣੇ, ਸਾਨੂੰ ਸਾਰਿਆਂ ਨੂੰ ਮਿਲਾਵਾਂਗੇ ਜਿੰਨੇ ਜਣੇ ਜਾਣਾ। ਇੱਧਰ ਫਿਰ ਰੋਟੀ ਖਾ ਕੇ ਅਤੇ ਚੱਲਦੇ ਹਾਂ। ਸਾਰੇ ਜਾਣੇ ਨਾਮ ਗੁਰੂ ਘਰ ਆਏ ਹੋਏ ਹਾਂ ਆਪਾਂ, ਹੁਣ ਇਸ ਟਾਈਮ ਚੱਲਣ ਲੱਗੇ ਹਾਂ ਅਤੇ ਕੁਛ ਜਾਣੇ ਆ ਜਾਂਦੇ, 14-15 ਜਣੇ ਅਸੀਂ ਗੋਪਾਲ ਮੋਚਨ ਜਾ ਰਹੇ ਹਾਂ ਅਤੇ ਕੁਛ ਪਿੱਛੇ, ਕੁਛ ਪਹਿਲੀ ਵਾਰ ਜਾ ਰਹੇ ਹਾਂ ਅਤੇ ਕੁਛ ਅਸੀਂ ਹੈਗੇ ਹਾਂ ਜੋ ਰੈਗੂਲਰ ਜਾਂਦੇ ਹਾਂ ਅਤੇ ਗੁਰੂ ਘਰ ਮੱਥਾ ਟੇਕ ਕੇ ਅਰਦਾਸ ਕਰਕੇ ਤੁਰਨ ਲੱਗੇ ਹਾਂ। ਜਾਂਦੇ ਜਿੱਥੇ ਇੱਥੇ ਰੁਕਾਂਗੇ, ਜੋ ਜੋ ਕਰਾਂਗੇ ਜਾਂਦੇ ਦੀ ਵੀਡੀਓ ਬਣਾਵਾਂਗੇ। ਪਹਿਲਾਂ ਕਰਦੇ ਹਾਂ ਅਰਦਾਸ ਬੇਨਤੀ, ਬਾਬਾ ਜੀ ਕੋਲ ਆਏ ਹਾਂ ਗੁਰੂ ਘਰ ਅਤੇ ਇਹ ਆਪਣੇ ਪਿੰਡ ਦਾ ਗੁਰੂ ਘਰ ਹੈ ਜੀ, ਦੇਖ ਸਕਦੇ ਹੋ ਤੁਸੀਂ। ਇਹ ਚਲਾਈ ਹੈ ਲਓ ਜੀ, ਸਾਰੇ ਜਾਣੇ ਅਰਦਾਸ ਦੇ ਲਈ ਗੁਰੂ ਘਰ ਆ ਚੁੱਕੇ ਹਾਂ। ਬਾਬਾ ਜੀ ਆ ਰਿਹਾ ਅਤੇ ਅਰਦਾਸ ਕਰਨ ਤੋਂ ਬਾਅਦ ਅਸੀਂ ਚੱਲਾਂਗੇ। ਵਾਹਿਗੁਰੂ ਜੀ ਕਾ। ਜੀ ਅਰਦਾਸ ਬੇਨਤੀ ਹੋ ਗਈ ਹੈ ਅਤੇ ਅਸੀਂ ਹੁਣ ਰਵਾਨਗੀ ਕਰਨ ਲੱਗੇ ਹਾਂ ਅਤੇ ਬਾਕੀ ਮਰਾਉਣੇ ਸਾਨੂੰ ਜਿਹੜੇ ਜਾਂਦੇ ਹਾਂ, 5-7 ਜਾਣੇ ਅਸੀਂ ਆਏ ਸੀਗੇ ਇੱਥੇ ਅਰਦਾਸ ਕਰਾਉਣ, ਬਾਕੀ ਗੱਡੀ ਦੀ ਤਿਆਰੀ ਕਰ ਰਹੇ ਹਾਂ ਅਤੇ ਚੱਲਦੇ ਹਾਂ ਉੱਥੇ। ਲਓ ਜੀ ਸਾਹਮਣੇ ਜੋ ਗੱਡੀ ਉਹ ਸਾਹਮਣੇ ਖੜੀ ਹੈ ਤਿਆਰ ਆ ਅਤੇ ਤੁਹਾਨੂੰ ਮਰਾਉਣੇ ਸਾਰੇ ਜਾਣਿਆਂ ਨੂੰ, ਜਿੰਨੇ ਜਾਣੇ ਵੀ ਜਾਵਾਂਗੇ ਅਸੀਂ ਅਤੇ ਰਾਹ ਦੇ ਵਿੱਚ ਜਿੱਥੇ ਖੜਾਂਗੇ ਜੋ ਪਹਿਲਾ ਬਲੌਗ ਜਾਣ ਦੇ ਬਣਾਵਾਂਗੇ ਆਪਾਂ, ਅਰਦਾਸ ਕਰਕੇ ਆ ਗਏ ਹਾਂ। ਲਓ ਜੀ ਜਾਣ ਦੀ ਬਿਲਕੁਲ ਤਿਆਰੀ ਹੈ ਅਤੇ ਜੋ ਪਹਿਲੇ ਪਹਿਲੇ ਗੇੜੇ ਜਾ ਰਹੇ ਉਹਨਾਂ ਨੂੰ ਦੱਸ ਦਿੰਦਾ, ਇੱਕ ਆਹ ਦੁਕਾਨਦਾਰ ਭੋਲਾ, ਇੱਕ ਚਾਚਾ ਆ ਜਾਂਦਾ 2 ਜਣੇ ਅਤੇ ਇੱਕ ਇੱਥੇ ਮੁੰਡਾ ਹੋਰ ਸੀ ਉਹ ਅੰਦਰ ਬੈਠਾ, 3 ਜਣੇ ਸਾਡੇ ਨਾਲ ਪਹਿਲੀ ਵਾਰ ਜਾ ਰਹੇ ਅਤੇ ਬਾਕੀ ਅਸੀਂ ਆਏ ਸਾਲ ਜਾਂਦੇ ਹੀ ਹਾਂ। ਲਓ ਜੀ ਰਾਸਤੇ ਦੇ ਵਿੱਚ ਆਪਾਂ ਰੁਕੇ ਹਾਂ ਘੁੰਮਧਾਮ ਸਾਹਿਬ, ਇੱਥੇ ਟੇਕਦੇ ਹਾਂ ਮੱਥਾ ਅਤੇ ਲੰਗਰ ਛਕਦੇ ਹਾਂ ਅਤੇ ਟੇਕ ਕੇ ਮੱਥਾ ਉਸ ਤੋਂ ਬਾਅਦ ਛਕਦੇ ਹਾਂ ਲੰਗਰ ਅਤੇ ਪਹਿਲਾ ਸਟੇਅ ਆਪਣਾ ਇੱਥੇ ਦੇਖ ਸਕਦੇ ਹੋ ਗੁਰੂ ਘਰ ਤੁਸੀਂ। ਯਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਤਰ ਸ਼ਸਤਰ ਪਏ ਆ ਇੱਥੇ ਅਤੇ ਪ੍ਰਕਾਸ਼ ਹਸਤ ਲਿਖਿਤ ਸਰੋਤ ਅਤੇ ਪਾਵਨ ਗ੍ਰੰਥ 18ਵੀਂ ਸਦੀ ਜੈਸਨ
ਸਿੰਘਾਂ ਦਾ ਬਾਣੀ ਪ੍ਰਤੀ ਪਿਆਰ ਦਰਸਾਉਂਦੇ ਹੋਏ ਹੱਥਾਂ ਦੇ ਨਾਲ ਲਿਖੇ ਹੋਏ ਗ੍ਰੰਥ ਪਏ ਆ ਜੀ। ਲਓ ਜੀ, ਹੁਣ ਆਏ ਹਾਂ ਅਸੀਂ ਗੁਰਦੁਆਰਾ ਪਿਹੋਵਾ ਸਾਹਿਬ, ਅਤੇ ਮੈਂ ਬੈਠਾ ਗੱਡੀ ਦੇ ਵਿੱਚ, ਬਾਕੀ ਗਏ ਹੋਏ ਆ ਮੱਥਾ ਟੇਕਣ। ਇੱਧਰ ਹੈ ਬਾਜ਼ਾਰ, ਕਲੋਥ ਹਾਊਸ, ਬੈਗ ਬੂਗ ਵਗੈਰਾ ਸਾਰਾ ਕੁਛ ਇੱਥੇ ਮਿਲਦਾ। ਰਾਸਤੇ ਦੇ ਵਿੱਚ ਖੜ੍ਹੇ ਹਾਂ ਹਜੇ, ਸਾਰੀ ਅਪਡੇਟ ਇਸ ਦੇ ਵਿੱਚ ਦੇਵਾਂਗੇ। ਅਤੇ ਮੇਰੇ ਸਿਰ ਦੇ ਵਿੱਚ ਆਹ ਚੀਜ਼ ਜਦੋਂ ਅਸੀਂ ਇੱਥੋਂ ਵੱਜੀ ਅਤੇ ਨਿਕਲਿਆ ਜੀ, ਕੁਛ ਨਾ, ਮੈਂ ਤਾਂ 15 ਅੱਜ ਦੇਖ ਸਕਦੇ ਹੋ ਮੇਨ ਗੇਟ ਇੱਥੋਂ ਐਂਟਰ ਆਪਣੀ ਗੁਰੂ ਘਰ ਦੇ ਵਿੱਚ ਅਤੇ ਪਿਹੋਵਾ ਸਾਹਿਬ। ਇਸ ਤੋਂ ਬਾਅਦ ਜੋ ਵੀ ਅੱਗੇ ਅਪਡੇਟ ਹੋਊਗੀ। ਐਕਚੁਲੀ ਰੂਟ ਥੋੜ੍ਹਾ ਜਿਹਾ ਨਵਾਂ ਕਰਿਆ, ਪਹਿਲੇ ਕਿਹੜੇ ਰੂਟ ਹੋਰ ਸੀਗਾ, ਐਕਚੁਲੀ ਰੂਟ ਹੋਰ ਆ। ਮੇਰੇ ਸਿਰ ਦੇ ਵਿੱਚ ਥੋੜ੍ਹੀ ਸੱਟ ਲੱਗ ਗਈ, ਇਸ ਕਰਕੇ ਮੈਂ ਬੈਠਾ ਇੱਥੇ, ਨਾਲੇ ਗੱਡੀ ਰੱਖ ਕੇ ਬੈਠਾ। ਬਾਕੀ ਗਏ ਹੋਏ ਆ ਮੱਥਾ ਟੇਕਣ, ਤੁਹਾਨੂੰ ਅਪਡੇਟ ਸਾਰੀ ਦਿੰਦੇ ਰਹਾਂਗੇ। ਜਾਣ ਜਾਣ ਦੀ ਜੋ ਵੀਡੀਓ ਬਣਾਊਂਗਾ, ਕੋਸ਼ਿਸ਼ ਕਰੂੰਗਾ ਮੈਂ ਸਾਰਾ ਕੁਛ ਤੁਹਾਨੂੰ ਕਵਰ ਕਰਕੇ ਦਿਖਾ ਸਕਾਂ। ਲਓ ਜੀ, ਇਸ ਟਾਈਮ ਖੜ੍ਹੇ ਹਾਂ ਕੁਰੂਕਸ਼ੇਤਰ ਸਰੋਵਰ ਦੇ ਉੱਤੇ, ਦੇਖ ਸਕਦੇ ਹਾਂ ਬਹੁਤ ਵੱਡਾ ਸਰੋਵਰ ਆ। ਅਤੇ ਗੇੜਾ ਤਾਂ ਕਦੇ ਉੱਤੋਂ ਦਿੱਤਾ ਨਹੀਂ, ਪਰ ਅਸੀਂ ਬਹੁਤ ਵਾਰੀ ਪਹਿਲਾਂ ਆਏ ਹਾਂ, ਨਵੇਂ ਬੰਦਿਆਂ ਨੂੰ ਇੱਥੇ ਲੈ ਕੇ ਆਏ ਹਾਂ। ਅਤੇ ਇੱਧਰ ਜੋ ਮੂਰਤੀਆਂ ਵਗੈਰਾ ਲੱਗੀਆਂ ਹੋਈਆਂ, ਇੱਥੇ ਸਾਰਾ ਦਰਸਾਇਆ ਗਿਆ ਕੁਰੂਕਸ਼ੇਤਰ ਦਾ ਯੁੱਧ ਹੋਇਆ ਸੀਗਾ, ਸਾਰਾ ਕੁਝ ਲਿਖਿਆ ਹੋਇਆ ਇਤਿਹਾਸ ਇੱਥੇ। ਅਤੇ ਸੰਗਤ ਇੱਥੇ ਸਾਰੀ ਆਈ ਹੋਈ ਆ ਦਰਸ਼ਨ ਦੇ ਲਈ। ਬਹੁਤ ਹੀ ਵੱਡਾ ਸਰੋਵਰ ਆ, ਗੇੜਾ ਹੋਣਾ ਤਾਂ ਮੁਸ਼ਕਲ ਹੈ, ਅਤੇ ਤੁਸੀਂ ਇੱਕ ਵਾਰ ਦਰਸ਼ਨ ਕਰ ਸਕਦੇ ਹੋ ਬਸ, ਅਤੇ ਵੇਟ ਕਰ ਸਕਦੇ ਹੋ ਇੱਥੇ ਆ ਕੇ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ। ਅਤੇ ਬਾਕੀ ਸਾਰੇ ਜਾਣੇ ਹੈਗੇ ਜੋ ਸਾਡੇ ਬੰਦੇ ਉਹ ਗਏ ਹੋਏ ਆ ਸਰੋਵਰ ਦੇਖਣ, ਜੋ ਪਹਿਲੀ ਵਾਰ ਦਿਖਾਇਆ ਸੀ। ਅਤੇ ਹੁਣ ਇੱਧਰ ਸਾਰੇ ਪਾਸੇ ਹਰਿਆਲੀ। ਲਓ ਜੀ, ਹੁਣ ਪਹੁੰਚ ਗਏ ਆਪਾਂ ਕੁਰੂਕਸ਼ੇਤਰ ਗੁਰੂ ਘਰ ਦੇ ਉੱਤੇ, ਅਤੇ ਹੁਣ ਟੇਕਦੇ ਹਾਂ ਇੱਥੇ ਮੱਥਾ, ਦੇਖੋ ਬਿਲਡਿੰਗ, ਅਤੇ ਇੱਧਰ ਆ ਸਰੋਵਰ, ਅਤੇ ਬਹੁਤ ਵਧੀਆ ਵਿਊ ਸ਼ਾਮ ਦਾ। 5:30 ਦਾ ਟਾਈਮ ਹੋ ਗਿਆ, ਤਾਂ ਹੁਣ ਆਪਾਂ ਟੇਕਦੇ ਹਾਂ ਮੱਥਾ, ਅਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਇੱਥੇ। ਇੱਥੇ ਆਪਾਂ ਸਟੇਅ ਕਰਿਆ, ਤੁਹਾਨੂੰ ਸਾਰਿਆਂ ਨੂੰ ਆਪਾਂ ਦੱਸਿਆ ਦਿਖਾਇਆ, ਦੇਖੋ ਤੁਸੀਂ ਵੀ। ਲਓ ਜੀ, ਕਰੋ ਦਰਸ਼ਨ ਤੁਸੀਂ ਦਰਬਾਰ ਸਾਹਿਬ ਦੇ। ਲਓ ਜੀ, ਮੱਥਾ ਟੇਕ ਆਉਂਦਾ ਸੀ, ਇੱਧਰ ਕਰ ਸਕਦੇ ਦਰਸ਼ਨ। ਅਤੇ ਇੱਥੇ ਜੋ ਸੰਗਤ ਅੱਜ ਰਾਤ ਨੂੰ ਪਹੁੰਚੂਗੀ, ਰਾਤ ਨੂੰ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ, ਅਤੇ ਇਸ ਟਾਈਮ ਘੱਟ ਹੈ ਥੋੜ੍ਹਾ, ਅਤੇ ਰਾਤ ਨੂੰ ਇੱਥੇ ਥਾਂ ਨਹੀਂ ਹੁੰਦਾ ਪੈਣ ਨੂੰ, ਅਤੇ ਹੁਣ ਬਹੁਤ ਇਕੱਠ ਜ਼ਿਆਦਾ ਹੈਗਾ। ਅਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ, ਅਤੇ ਇੱਧਰ ਚਾਚਾ ਸ਼੍ਰੀ ਫੋਟੋਆਂ ਖਿਚਾ ਰਹੇ ਆ, ਵਧੀਆ ਫੋਟੋ ਖਿਚਾਉਣ ਵਾਸਤੇ ਜਗ੍ਹਾ ਬਣੀ ਹੋਈ ਆ, ਗਮਲੇ ਵਗੈਰਾ ਲੱਗੇ ਹੋਏ ਆ। ਇਹਦੇ ਬਾਅਦ ਅਸੀਂ ਜਾਣਾ ਜੀ ਸ਼੍ਰੀ ਪਾਉਂਟਾ ਸਾਹਿਬ ਦਰਬਾਰ ਸਾਹਿਬ, ਉੱਥੇ ਜਾ ਕੇ ਰਾਤ ਕੱਟਾਂਗੇ, ਉਸ ਤੋਂ ਬਾਅਦ ਕੱਲ੍ਹ ਨੂੰ ਚੱਲਾਂਗੇ ਮੇਲੇ ਦੇ ਵਿੱਚ। ਲਓ ਜੀ, ਕਰੋ ਦਰਸ਼ਨ ਦਰਬਾਰ ਸਾਹਿਬ ਪਾਉਂਟਾ ਸਾਹਿਬ ਦੇ, ਸ਼ਾਮ ਦੇ ਰਾਤ ਦੇ 9 ਵੱਜ ਗਏ ਆ, ਅਤੇ ਆ ਦੇਖ ਸਕਦੇ ਹੋ ਦਰਬਾਰ ਸਾਹਿਬ ਪਾਉਂਟਾ ਸਾਹਿਬ। ਅਤੇ ਇੱਥੇ ਅੱਜ ਆਪਾਂ ਰਾਤ ਕੱਟਾਂਗੇ, ਅਤੇ ਹੁਣ ਛਕਦੇ ਹਾਂ ਲੰਗਰ ਬਾਹਰ ਹਨੇਰਾ, ਹੁਣ ਜੋ ਵੀਡੀਓ ਬਣਾਵਾਂਗੇ ਸਵੇਰੇ ਬਣਾਵਾਂਗੇ। ਲਓ ਜੀ, ਸਵੇਰ ਹੋ ਗਈ, ਅਸੀਂ ਆਏ ਹਾਂ ਮੱਥਾ ਟੇਕਣ, ਅਤੇ ਇਹਦੇ ਬਾਅਦ ਅੱਗੇ ਰਵਾਨਗੀ ਕਰਾਂਗੇ, ਅਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ, ਅਤੇ ਤੁਸੀਂ ਵੀ ਕਰੋ ਦਰਸ਼ਨ ਸਵੇਰੇ ਸਵੇਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤੁਸੀਂ ਦੇਖ ਸਕਦੇ ਹੋ ਜਮਨਾ ਨਦੀ ਸਾਹਮਣੇ, ਅਤੇ ਇੱਥੇ ਆਏ ਹਾਂ ਅਸੀਂ। ਮੈਂ ਚੱਲ ਜਮਨਾ ਨਦੀ ਦੇ ਦਰਸ਼ਨ ਵੀ ਕਰ ਦਈਏ, ਮੁੰਡੇ ਕਹਿੰਦੇ ਕਰਕੇ ਆਉਣੇ ਦਰਸ਼ਨ, ਅਤੇ ਤੁਹਾਨੂੰ ਦਿਖਾਉਣੇ ਪਾਣੀ ਜਮਨਾ ਨਦੀ ਦਾ। ਯਾਰ ਲਿਖਿਆ ਹੋਇਆ ਇਤਿਹਾਸ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਦਸਵੇਂ ਪਾਤਸ਼ਾਹ ਜੀ, ਅਤੇ ਤੁਸੀਂ ਪੜ੍ਹ ਸਕਦੇ ਹੋ ਵੀਡੀਓ ਦੇ ਵਿੱਚ। ਇੱਥੇ ਮੱਥਾ ਟੇਕ ਕੇ ਅਸੀਂ ਚੱਲਾਂਗੇ ਗੁਰਦੁਆਰਾ ਸ੍ਰੀ ਸ਼ੇਰਗੜੀ ਸਾਹਿਬ, ਅਤੇ ਉਸ ਤੋਂ ਬਾਅਦ ਮੇਲੇ ਦੇ ਵਿੱਚ ਸਾਰੀ ਸੰਗਤ ਇਤਿਹਾਸ ਪੜ੍ਹ ਰਹੀ ਹੈ। ਕਿਸਾਨ ਸਾਹਿਬ ਵਾਹਿਗੁਰੂ ਸੱਚਾ ਪਾਤਸ਼ਾਹ ਜੀ। ਗੁਰੂ ਘਰ ਦੇ ਵਿੱਚ ਅਸੀਂ ਮੱਥਾ ਟੇਕ ਕੇ ਅਤੇ ਹੁਣ ਅੱਗੇ ਮੇਲੇ ਵਿੱਚ ਜਾ ਰਹੇ ਹਾਂ। ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਪਹਾੜੀਆਂ ਦਾ ਦ੍ਰਿਸ਼ ਦੇਖ ਸਕਦੇ ਹੋ ਕਪਾਲ ਮੋਚਨ, ਅਤੇ ਅੱਗੇ ਦੀ ਵੀਡੀਓ ਸ਼ੁਰੂ ਕਰਾਂਗੇ ਉਸ ਤੋਂ ਬਾਅਦ, ਅਤੇ ਇੱਥੇ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ, ਅਤੇ ਚੱਲਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਜਿੱਥੇ ਜਾਵਾਂਗੇ ਤੁਹਾਨੂੰ ਅਪਡੇਟ ਦਿੰਦੇ ਜਾਵਾਂਗੇ। ਚੱਲਦੇ ਹਾਂ ਵੀਡੀਓ ਕਰਦੇ ਹਾਂ ਐਂਡ। ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਇਹਦੇ ਤੁਸੀਂ ਗੁਰੂ ਘਰ ਦੇਖ ਸਕਦੇ ਹੋ।